ਇਹਦਾ ਜੀ ਤਰੀਕਾਕਾਰ ਇਹ ਕਿ ਜਾਨਵਰ ਦੀ ਤੁਸੀਂ ਪਹਿਲੇ ਤਬੀਅਤ ਵੇਖੋ, ਜਾਨਵਰ ਨੂੰ ਤੁਸੀਂ ਵੇਖੋ ਆਇਆ ਕਿ ਇਹ ਗਰੋਥ ਇਹਦੀ ਜਿਹੜੀ ਪਹਿਲੇ ਪਰਵਰਿਸ਼ ਹੋ ਚੁੱਕੀ ਹੈ ਉਹ ਕਿਸ ਤਰੀਕੇ ਨਾਲ ਹੋਈ ਹੈ, ਆਇਆ ਕਿ ਇਹ ਅੱਛੇ ਤਰੀਕੇ ਨਾਲ ਗਰੋਥ ਕਰ ਰਿਹਾ ਹੈ ਜਾਂ ਚਿਚੜਾਪਣ ਤਾਂ ਨਹੀਂ ਹੈ। ਸਾਡਾ ਨਾਲ ਬਿਹਤਰ ਤਰੀਕਾ ਹੈ ਕਿ ਤੁਹਾਡੇ ਕੋਲ ਭਾਵੇਂ ਉਹ ਵੱਡਾ ਹੋਵੇ ਤਾਂ ਭਾਵੇਂ ਉਹ ਛੋਟਾ ਹੋਵੇ ਜੀ, ਸਾਡਾ ਨਾਲ ਬਿਹਤਰੀਨ ਤਰੀਕਾ ਇਹ ਕਿ ਜਿਸ ਵਕਤ ਤੁਸੀਂ ਉਸ ਜਾਨਵਰ ਨੂੰ ਵੇਖੋ ਦੇਣਾ ਤੁਹਾਡਾ ਦਿਲ ਮੁਤਮਿਨ ਹੈਗਾ ਕਿ ਇਨਸਾਨ ਐਡਾ ਕੋਈ ਨਹੀਂ ਹੈਗਾ ਵੀ ਜਿਹੜਾ ਨਾ ਵੇਖ ਸਕੇ। ਜਿਸ ਵਕਤ ਤਜਰਬਾ ਹੋ ਜਾਂਦਾ ਜਿਹੜਾ ਜਾਨਵਰ ਗਰੋਥ ਕਰਦਾ ਹੈ ਨਾ ਉਹ ਇਨਸ਼ਾਲਾ ਨਾ ਉਹ ਵੇਖਦੇ ਉਹਨੂੰ ਪਤਾ ਲੱਗ ਜਾਂਦਾ ਕਿ ਇਹ ਅੱਛਾ ਇਹ ਸਾਡੇ ਇਹਨੂੰ ਫੀਡ ਲੱਗੇਗੀ, ਇਹ ਇਨਸ਼ਾਲਾ ਮੇਹ ਦੀ ਇੱਕ ਦਿਨਾਂ 'ਚ ਇਹ ਸਾਨੂੰ ਨਾ ਫਾਇਦਾ ਦੇਦਾ। ਅਤੇ ਜਿਹੜਾ ਇੱਕ ਮਿਸਾਲ ਤੋਂ ਹੋਵੇ ਭਾਵੇਂ ਜੀ ਬੜਾ ਵੱਡਾ ਲੇਕਿਨ ਉਹ ਉਹਦੀ ਗਰੋਥ ਰੁਕ ਰੁਕ 'ਤੇ ਆਉਂਦੀ ਹੈ ਨਾ ਉਹ ਚੀਜ਼ ਨਹੀਂ, ਉਹ ਚੀਜ਼ ਜਿਹੜੀ ਹੈ ਨਾ ਉਹ ਜਿੱਥੇ ਮੇਰਾ ਖਿਆਲ ਹੈ ਦੂਜੇ 80% ਕਰਨ ਦੇ ਨਾ ਗਰੋਥ ਮੇਰਾ ਖਿਆਲ ਹੈ ਕਿ ਬਸੇ ਜੀ ਮਾਰਤੇ ਜੀ ਇਹ ਜਾਂ 40 ਜਾਂ 50 ਪਰ ਅਤੇ ਬਸ। ਬਿਸਮਿਲ੍ਲਾਹਿਰਰਹਿਮਾਨਿਰਰਹੀਮ ਬਿਜ਼ਨਸ ਟਾਕਸ ਫਿਸ਼ਲ ਮੇਂ ਇੱਕ ਦਾ ਫਿਰ ਆਪਕੋ ਖੁਸ਼ ਆਮਦੀਦ ਕਿਹਾ ਜਾਤਾ ਹੈ। ਮੁਆਜ਼ਜ਼ ਨਾਜ਼ਰੀਨ, ਮੈਂ ਹੂੰ ਆਪਕਾ ਮੇਜ਼ਬਾਨ ਏ ਜੀ ਅਜ਼ਹਰ ਖਾਨ, ਮੇਰੀ ਤਰਫ ਸੇ ਸਭ ਭਾਈਓ ਬਜ਼ੁਰਗੋਂ ਕੋ ਅਸਲਾਮੁ ਅਲੈਕੁਮ ਵਰਹਮਤੁਲਾਹਿ ਵਬਰਕਾਤੁਹੂ। ਆਜ ਮੈਂ ਆਪਕੀ ਖਿਦਮਤ ਮੇਂ ਨਈ ਇਨਫਾਰਮੇਸ਼ਨ ਔਰ ਬਜ਼ੁਰਗ ਭਾਈ ਮੁਹੰਮਦ ਸਾਹਿਬ ਕੀ ਨਾਮ ਭਾਈ ਅਬਦੁੱਲਾ ਸਾਹਿਬ ਕਾ ਖੁਸੂਸੀ ਔਰ ਦਿਲਚਸਪ ਇੰਟਰਵਿਊ ਹੋਣੇ ਵਾਲਾ ਹੈ। ਆਜ ਆਪਕੋ ਬਹੁਤ ਹੈਰਾਨਕੁਨ ਇਨਸ਼ਾਫਾਤ ਮਿਲੇਂਗੇ। ਉਸਸੇ ਪਹਿਲੇ ਅਗਰ ਆਪਨੇ ਹਮਾਰੇ ਚੈਨਲ ਕੋ ਸਬਸਕ੍ਰਾਈਬ ਨਹੀਂ ਕੀਆ ਪਲੀਜ਼ ਹਮਾਰੇ ਚੈਨਲ ਕੋ ਸਬਸਕ੍ਰਾਈਬ ਕਰ ਲੇ ਔਰ ਸਾਥ ਸਾਥ ਗੈਂਟੀ ਕੇ ਨਿਸ਼ਾਨ ਕੋ ਵੀ ਦਬਾ ਦੇ ਤਾਂ ਕਿ ਹਮਾਰੀ ਜਬ ਵੀ ਨਈ ਵੀਡੀਓ ਆਏ ਵੋ ਆਪ ਤੱਕ ਨੋਟੀਫਿਕੇਸ਼ਨ ਕੇ ਜ਼ਰੀਏ ਪਹੁੰਚ ਸਕੇ। ਔਰ ਸਾਥ ਇਹ ਵੀ ਮੈਂ ਬਤਾਤਾ ਚਲੂੰ ਵੀਡੀਓ ਕੋ ਕਹੀਂ ਵੀ ਸਕਿਪ ਮਤ ਕੀਜੀਏਗਾ, ਕਹੀਂ ਐਸਾ ਨਾ ਹੋ ਕੋਈ ਸਵਾਲਾਤ ਰਹਿ ਨਾ ਜਾਏ ਉਸਕੀ ਇਨਫਾਰਮੇਸ਼ਨ ਆਪ ਤੱਕ ਨਾ ਪਹੁੰਚ ਸਕੇ। ਤੋ ਇਸ ਲਈ ਮੈਂ ਰਿਕੁਐਸਟ ਕਰਦਾ ਹਾਂ ਉਨ ਦੋਸਤੋਂ ਭਾਈਓਂ ਸੋ ਕਿ ਵੀਡੀਓ ਕੋ ਕੰਪਲੀਟ ਦੇਖੇ ਔਰ ਕਹੀਂ ਵੀ ਮਿਸ ਮਤ ਕੀਜੀਏਗਾ। ਆਈਏ ਇਸ ਭਾਈ ਕੇ ਪਾਸ ਚਲਤੇ ਹੈ ਔਰ ਉਨਸੇ ਅੱਛੀ ਇਨਫਾਰਮੇਸ਼ਨ ਲੈ ਕਰ ਆਪ ਤੱਕ ਪਹੁੰਚਾਤੇ ਹੈਂ। ਅਸਲਾਮੁ ਅਲੈਕੁਮ ਵਰਹਿਮਤੁਲਾਹਿ ਵਬਰਕਾਤੁਹੂ ਜੀ। ਵਾਲੇਕੁਮ ਅਸਲਾਮ ਵਰਹਿਮਤੁਲਾਹਿ ਵਬਰਕਾਤੁਹੂ। ਕੀ ਹਾਲ ਹੈ ਭਾਈ ਜਾਨ? ਠੀਕ ਠਾਕ ਭਾਈ ਜਾਨ, ਤੁਸੀਂ ਆਪਣਾ ਹਾਲ ਸੁਣਾਓ? ਅੱਛਾ ਤੁਸੀਂ ਉਹ ਦੱਸੋ ਪਹਿਲਾਂ, ਸਭ ਤੋਂ ਪਹਿਲਾਂ ਆਪਦਾ ਨਾਂ ਦੱਸੋ। ਮੈਨਾਂ ਜੀ ਮੁਹੰਮਦ ਅਬਾਦੁੱਲਾ। ਜੀ ਜੀ ਸੀ ਅਤੇ ਸ਼ਹਿਰ ਕਿਹੜਾ ਜੀ? ਸ਼ਹਿਰ ਇਲਾਹਾਬਾਦ ਜੀ। ਇਲਾਹਾਬਾਦ ਠੀਕ ਮੋੜ, ਤਹਿਸੀਲ? ਤਹਿਸੀਲ ਚੂਨੀਆ, ਜ਼ਿਲ੍ਹਾ ਕਸੂਰ। ਜ਼ਿਲ੍ਹਾ ਕਸੂਰ। ਅੱਛਾ ਜੀ ਤੁਹਾਡੇ ਕੋਲ ਇਸ ਟਾਈਮ ਕਿੰਨੇ ਆ ਜਾਨਵਰ ਮੌਜੂਦ ਨੇ ਬੱਚੇ? ਸਾਡੇ ਕੋਲ ਇਸ ਵਕਤ ਜਾਨਵਰ 21 ਜਾਨਵਰ ਮੌਜੂਦ ਨੇ ਜੀ। ਅੱਛਾ ਅੱਛਾ ਮਾਸ਼ਾਅੱਲਾ। ਇਹਦੇ ਚ ਕਿਹੜੀ ਕਿਹੜੀ ਨਸਲ ਨੇ ਤੁਹਾਡੇ ਕੋਲ ਨੇ ਇਹ ਤੁਸੀਂ ਸਾਨੂੰ ਦੱਸ ਸਕਦੇ ਜੀ? ਹਾਂਜੀ ਹਾਂਜੀ ਦੱਸ ਸਕਦੇ। ਕਿਹੜੇ ਕਿਹੜੇ ਨਸਲ ਨੇ ਤਕਰੀਬਨ? ਕਰਾਸ ਹੈ। ਹਾਂਜੀ ਸਾਡੇ ਕੋਲ ਵਲੈਤੀ ਨੇ। ਹਾਂਜੀ ਜਾਂ ਕਰਾਸ ਹੈ ਜਿਹੜਾ ਸਹੀਵਾਲ ਨਸਲ ਦਾ ਕਰਾਸ ਹੈ। ਅੱਛਾ ਅੱਛਾ ਸਾਡਾ ਇਹ ਪਹਿਲਾ ਤਜਰਬਾ ਥਾ। ਹਾਂਜੀ ਅੱਛਾ। ਹਾਂ ਇਸ ਵਜ੍ਹਾ ਤੋਂ ਇਹ ਅਸੀਂ ਨਾ ਇਹ ਖਰੀਦੇ ਨੇ ਜਾਨਵਰ। ਅੱਛਾ ਅੱਛਾ। ਹਾਂ ਤੇ ਇਨਸ਼ਾਅੱਲਾ ਆਗਾ ਤੋਂ ਹੋਰ ਮਜ਼ੀਦ ਜਿਹੜੇ ਨਸਲ ਹੈ ਦੂਸਰੇ ਨੇ ਇਨਸ਼ਾਅੱਲਾ ਉਹ ਅਸੀਂ ਕੋਸ਼ਿਸ਼ ਕਰਾਂਗੇ। ਅੱਛਾ ਇਹ ਤੁਹਾਡਾ ਪਹਿਲਾ ਤਜਰਬਾ ਸੀ ਜਿਨ੍ਹਾਂ ਨੇ ਹੁਣ ਤੁਹਾਨੂੰ ਪਤਾ ਕਿੰਝ ਲੱਗਿਆ ਕਿ ਜਾਨਵਰ ਕਿਹੜਾ ਖਰੀਦਣਾ ਚਾਹੀਦਾ, ਜਿਹੜਾ ਗਰੋਥ ਕਰਦਾ ਜਿਹੜਾ ਨਹੀਂ ਕਰਦਾ ਉਹ ਨਹੀਂ ਖਰੀਦਣਾ ਚਾਹੀਦਾ, ਉਹ ਵੀ ਦੱਸੋ ਸਾਨੂੰ। ਸਾਨੂੰ ਇਤਲਾਬਾਤ ਇਹ ਮਿਲੀਆਂ ਨੇ ਕਿ ਜਿਹੜਾ ਇਹਨਾਂ ਸਾਹੀਵਾਲ ਨਸਲ ਹੈ ਨਾ, ਸਾਹੀਵਾਲ ਨਸਲ ਜਾਂ ਚੋਲਿਸਤਾ ਨਸਲ, ਹਾਂਜੀ ਉਹ ਅੱਛੀ ਗਰੋਥ ਕਰਦੇ ਆ ਔਰ ਫਿਰ ਉਹ ਖੂਬਸੂਰਤ ਵੀ ਹੁੰਦੇ ਆ। ਹਾਂਜੀ ਠੀਕ ਹੈ ਨਾ। ਇਸ ਵਜ੍ਹਾ ਤੋਂ ਅਸੀਂ ਨਾ ਕਿਉਂਕਿ ਆਸਤਾ ਆਸਤਾ ਇਨਸਾਨ ਦਾ ਤਜਰਬਾ ਹੁੰਦਾ ਹੈ। ਹਾਂ ਬਿਲਕੁਲ ਜੀ ਠੀਕ ਹੈ ਨਾ। ਆ ਤੇ ਅਸੀਂ ਹੁਣ ਕੋਸ਼ਿਸ਼ ਇਹ ਕਰਨੀ ਅਸੀਂ ਵੀ ਅਸੀਂ ਸਾਹੀਵਾਲ ਨਸਲ ਦੇ ਜਾਂ ਚੋਲਿਸਤਾਨ ਨਸਲ ਦੇ ਅਸੀਂ ਨਾ ਆਪਣੇ ਫਾਰਮ ਦੇ ਵਿੱਚ ਨਾ ਖਰੀਦ ਕੇ ਲਿਆਈਏ। ਖਰੀਦ ਕੇ ਲਿਆਈਏ ਜੀ। ਅੱਛਾ ਇਹ ਜਿਹੜੇ ਬੱਚੇ ਤੁਸੀਂ ਲਿਆਉਂਦੇ ਨੇ ਇਹ ਕਿੱਥੋਂ ਲੈ ਕੇ ਆਏ ਨੇ ਭਾਈ ਬੈਦੁੱਲਾ ਸਾਹਿਬ? ਇਹ ਅਸੀਂ ਜੀ ਲਾਹੌਰੋਂ ਲੈ ਕੇ ਆਏ ਸਾਂ। ਅੱਛਾ ਅੱਛਾ। ਹਾਂਜੀ ਇਹ ਸਾਡਾ ਇਹ ਤਜਰਬਾ ਨਹੀਂ ਸੀ, ਸਾਡੇ ਨਾਲ ਇੱਕ ਭਾਈ ਗਿਆ ਸਾ। ਹਾਂਜੀ ਲੇਕਿਨ ਉਹਨੇ ਸਾਡੇ ਇਹ ਕਿਹਾ ਸੀ ਕਿ ਜਿਹੜਾ ਨਾ ਸਰਦੀ ਦੇ ਵਿੱਚ, ਹਾਂਜੀ ਲੇਕਿਨ ਅਸੀਂ ਵੀ ਮਾਲੂਮਾਤ ਕੀਤੀ ਕਿਉਂਕਿ ਸਰਦੀ ਦੇ ਵਿੱਚ ਜਿਹੜੇ ਵਲੈਤੀ ਨੇ ਨਾ ਬੱਚੇ, ਹਾਂਜੀ ਇਹਨਾਂ ਨੂੰ ਠੰਡ ਜਿਹੜੀ ਨਾ ਬੜੀ ਘੱਟ ਲੱਗਦੀ ਹੈ, ਤੁਸੀਂ ਇਹ ਲਿਜਾਓ। ਅਸੀਂ ਕਿਹਾ ਚਲੋ ਠੀਕ ਹੈ ਜੀ, ਕਿਉਂਕਿ ਅਸੀਂ ਸਾਡੇ ਨਾਲ ਉਸ ਸਪੈਸ਼ਲ ਗਏ ਸੀ ਇਸ ਵਾਸਤੇ, ਇਸ ਵਾਸਤੇ ਗਏ ਸੀ। ਅੱਛਾ ਅੱਛਾ। ਹਾਂ ਤੇ ਇਸ ਵਾਸਤੇ ਅਸੀਂ ਉਹਨਾਂ ਦਾ ਕਹਿਣਾ ਫਿਰ ਮੰਨਿਆ ਜੀ, ਕਿਉਂ ਨਹੀਂ ਉਹ ਤਾਂ ਫਿਰ ਮੰਨਣਾ ਚਾਹੀਦਾ ਕਿਉਂਕਿ ਅਸੀਂ ਉਹਨੂੰ ਸਾਥ ਲਗਾਇਆ ਸੀ। ਹਾਂਜੀ ਬਿਲਕੁਲ ਜੀ ਬਿਲਕੁਲ। ਅੱਛਾ ਤੁਸੀਂ ਉੱਥੋਂ ਬੱਚੇ ਇਸੇ ਸਾਰੇ ਲਾਹੌਰ ਮੰਡੀ ਤੋਂ ਲੈ ਸਕਦੇ? ਹਾਂਜੀ 21 ਥਾਂ ਤੋਂ ਲੈ ਸਕਦੇ। ਉੱਥੋਂ 21 ਬੱਚੇ ਤੁਸੀਂ ਜਿਹੜੇ ਪਾਦ ਲੈਂਦੇ ਹੈ ਇੱਥੋਂ ਤੱਕ ਕਿੰਨਾ ਕਿਰਾਇਆ ਪਿਆ ਸੀ? 5000 ਰੁਪਿਆ ਸੀ, 10000 ਰੁਪਿਆ ਸੀ, ਕਿੰਨਾ ਪਿਆ ਸੀ? ਗਲਬਨ ਸਾਨੂੰ ਇੱਥੇ ਤਕਰੀਬਨ 7000 ਤਕਰੀਬਨ ਪਿਆ, ਗੱਡੀ ਦਾ ਕਿਰਾਇਆ ਪਿਆ ਗਿਆ ਸੀ।
ਅੱਛਾ ਸੋਹਣੀ ਗੱਲ ਹੋ ਗਈ। ਅੱਛਾ ਤੁਹਾਨੂੰ ਉੱਥੋਂ ਵਜ਼ਨ ਸਾਹ ਦੇ ਲਾਹੌਰ ਮੰਡੀ ਤੋਂ ਬੱਚੇ ਮਿਲੇ ਸਨ ਕਿ ਉਸੇ ਤਰੀਕੇ ਮਿਲੇ ਹਨ? ਉਹ ਸਾਨੂੰ ਇੱਕ ਗਰੁੱਪ ਦੀ ਸ਼ਕਲ ਦੇ ਵਿੱਚ ਸੀ। ਇੱਕ ਗਰੁੱਪ ਬੰਦੇ ਇੱਕੋ ਬੰਦੇ ਕੋਲ ਲੈ ਜਾਏ? ਨਹੀਂ, ਇਹ ਬਾਅਦ ਕਹਿੰਦਾ ਕਿ 6-6, 7-7 ਗਰੁੱਪ ਸੀ ਇਹਨਾਂ ਦਾ। ਅੱਛਾ ਅੱਛਾ, ਵੱਡੇ ਬੱਚਿਆਂ ਦਾ ਇੱਕ ਲਹਿਦਾ ਗਰੁੱਪ ਸੀ। ਹਾਂਜੀ, ਯਾਨੀ ਕਿ 5-5, 6-6, 7-7 ਇਹਨਾਂ ਬੱਚਿਆਂ ਦਾ ਗਰੁੱਪ ਸੀ, ਤੇ ਉਹ ਗਰੁੱਪ ਸ਼ਕਲ ਦੇ ਸਾਨੂੰ ਫਿਰ ਮਿਲਿਆ। ਅੱਛਾ ਅੱਛਾ, ਯਾਨੀ ਗਰੁੱਪ ਵਾਈਜ਼ ਤੁਸੀਂ ਉਸ ਜਿਵੇਂ ਲੈਂਦੇ ਕਿ 6-6, 7-7 ਲੈਂਦੇ? ਬਿਲਕੁਲ, ਹਾਂਜੀ ਹਾਂਜੀ। ਤੇ ਇੱਕ ਬੱਚਾ ਤਕਰੀਬਨ ਤੁਹਾਨੂੰ ਕਿੰਨੇ ਦਾ ਪਿਆ ਸੀ ਅੰਦਾਜ਼ੇ? ਗਾਲਬਨ ਸਾਨੂੰ ਇੱਕ ਬੱਚਾ ਤਕਰੀਬਨ 34,000 ਦਾ ਨਾ, ਹਾਂ ਉਸ ਲਈ ਸਾਨੂੰ ਇਹ ਪਿਆ ਸੀ, ਕਿਉਂਕਿ ਵਿੱਚ ਵੱਡੇ ਮੱਛੀ ਵੀ ਗਏ ਸੀ। ਅੱਛਾ, ਕੋਈ ਛੋਟੇ ਵੀ ਸੀ, ਮੁਖਤਲਿਫ ਸੀ ਬੱਚੇ, ਤੇ ਉਹ ਇਸ ਵਾਰ ਸਾਨੂੰ ਤਕਰੀਬਨ 34,000 ਦਾ ਗਾਲਬਨ ਪਿਆ। ਅੱਛਾ ਭਾਈ ਬਾਦ ਸਾਹਿਬ, ਤੁਹਾਡੇ ਕੋਲ ਇੱਕ ਹੋਰ ਮੈਂ ਗੱਲ ਪੁੱਛਾਂਗਾ। ਜਦੋਂ ਛੋਟੇ ਬੱਚੇ ਤੇ ਵੱਡੇ ਬੱਚੇ ਹੋਣ ਇਕੱਠੇ ਵਿੱਚ, ਹਾਂਜੀ, ਖੁਰਾਕ ਦਾ ਕੋਈ ਮੁਤਾਸਰ ਹੁੰਦਾ? ਕੋਈ ਜਾਨਵਰ ਮੁਤਾਸਰ ਹੋ ਜਾਂਦਾ? ਇਸ ਬਾਰੇ ਜ਼ਾਤ ਨਾ ਦੱਸਿਆ ਸਾਨੂੰ ਨਾ, ਇਹ ਮੁਤਾਸਰ ਸਾਨੂੰ ਬੜੀ ਇਸ ਚੀਜ਼ ਦੀ ਨਾ ਟੈਨਸ਼ਨ ਆਈ, ਕਿਉਂਕਿ ਪਤਾ ਹੀ ਗੱਲ ਕੀ ਕਿ ਜਿਹੜੇ ਵੱਡੇ ਬੱਚੇ ਨੇ ਨਾ, ਉਹ ਛੋਟੇ ਬੱਚਿਆਂ ਨੂੰ, ਹਾਂਜੀ, ਉੱਥੋਂ ਜਲਦੀ ਖਾਣ ਨਹੀਂ ਦਿੰਦੇ, ਯਾਨੀ ਕਿ ਉਹਨਾਂ ਦਾ ਸਾਇਆ ਉਹਨਾਂ ਦੇ ਉੱਤੇ ਪੈ ਜਾਂਦਾ। ਉਹ ਜਿਸ ਵਕਤ ਉਹਨਾਂ ਦੀ ਤਰਫ ਤੁਰਦੇ ਸੀ ਨਾ, ਹਾਂਜੀ, ਤੇ ਉਹ ਆਪਣਾ ਜਗ੍ਹਾ ਛੋੜ ਜਾਂਦੇ ਸੀ। ਲੇਕਿਨ ਅਸੀਂ ਉਹ ਇੱਕ ਤਰੀਕੇ ਦੇ ਵਿੱਚ ਆਪਦੇ ਜ਼ਿਹਨ ਦੇ ਵਿੱਚ ਇਹ ਸੋਚਿਆ ਵੀ ਜਿੱਥੇ ਵੱਡੇ ਬੱਚੇ ਖਲੇ ਨੇ ਨਾ, ਉਹਨਾਂ ਦੀ ਖੁਰਾਕ ਥੋੜੀ ਜਿਹੀ ਨਾ ਜ਼ਿਆਦਾ ਪਾ ਦਿੱਤੀ ਜਾਏ ਕਿ ਉਹ ਆਪਦੀ ਜਗ੍ਹਾ ਤੇ ਕਾਇਮ ਹੋ ਤੇ ਨਾ ਖੁਰਾਕ ਨੂੰ ਖਾਣ, ਤੇ ਛੋਟੇ ਬੱਚਿਆਂ ਨੂੰ ਉਹ ਤੰਗ ਨਾ ਕਰਨ। ਅੱਛਾ ਅੱਛਾ, ਤੇ ਲੇਕਿਨ ਇਹਨਾਂ ਦਾ ਮੇਨ ਇਹ, ਤੁਸੀਂ ਕੀ ਕਹੋਗੇ, ਵੱਡੇ ਬੱਚੇ ਜਾਂ ਇੱਕੋ ਜਿੱਡੇ ਲੈਣੇ ਚਾਹੀਦੇ ਨੇ ਜਾਂ ਵੱਡਾ ਜਾਂ ਛੋਟਾ? ਇਸ ਬਾਰੇ ਤੁਸੀਂ ਜ਼ਾਤ ਨਾਲ ਮੇਰੇ ਵਿਵਰ ਦੱਸੋ ਮੇਰੇ ਦੋਸਤਾਂ ਨੂੰ। ਮੈਂ ਸਾਨੂੰ ਇਹ ਤਜਰਬਾ ਇਹ ਹੋਇਆ ਕਿ ਵੱਛਾ ਤੁਸੀਂ ਜਿਸ ਵੇਲੇ ਖਰੀਦਣ ਲੱਗੋ ਨਾ, ਬਿਲਕੁਲ ਤੁਸੀਂ ਬਰਾਬਰ ਦੇ ਲੈ ਆਪਣੇ ਲੈਵਲ ਤੇ ਉਹ ਹੋਣ, ਤੇ ਜੇ ਅਗਰ ਤੁਸੀਂ ਇੱਕ ਮਿਸਾਲ ਤੌਰ ਤੇ ਵੱਡੇ ਬੱਚੇ ਖਰੀਦਦੇ ਹੋ ਉਹਨਾਂ ਦੇ, ਫਿਰ ਤੁਸੀਂ ਅਲੱਗ ਹਿੱਸਾ ਬਣਾ ਦਿੱਤਾ ਜਾਵੇ ਜਿੱਥੇ ਇਹ ਛੋਟਿਆਂ ਨੂੰ ਉਹ ਤੰਗ ਨਾ ਕਰਨ। ਹਾਂਜੀ, ਖੁਰਾਕ ਦੇ ਹਾਂ, ਕਿਉਂਕਿ ਖੁਰਾਕ ਦਾ ਵੀ ਫਿਰ ਉਹਨਾਂ ਦਾ ਤੰਗ ਕਰਨ ਦਾ ਵੀ, ਕਿਉਂਕਿ ਇਹ ਤਾਂ ਜਾਨਵਰ ਨੇ ਨਾ, ਤੇ ਇਹਨਾਂ ਦੇ ਇਹ ਫਿਤਰਤ ਦੇ ਵਿੱਚ ਸ਼ਾਮਿਲ ਹੈਗਾ ਕਿ ਅਸੀਂ ਆਪਦਾ ਕੋਈ ਕਿਹੜਾ ਨਾ ਵਡੇਰਾਪਨ ਵਿਖਾਈਏ। ਵਡੇਰਾਪਨ, ਗੱਲ ਸੋਹਣੀ ਹੋ ਗਈ ਜੀ। ਨਹੀਂ, ਅੱਛਾ ਅੱਛਾ ਅੱਛਾ, ਤੁਸੀਂ ਮੰਡੀਆਂ 'ਚ ਤੁਹਾਨੂੰ ਕੀ ਮੁਸ਼ਕਲਾਂ ਆਈ ਹੈ, ਇਸ ਬਾਰੇ ਵੀ ਸਾਨੂੰ ਦੱਸਣਾ ਜੇ? ਅਸੀਂ ਮੁਸ਼ਕਲਾਂ ਪਾਈ ਜਾਂਦੇ, ਸਾਡੀ ਇਹ ਮੁਸ਼ਕਲਾਂ ਸਾਨੂੰ ਆਈ ਕਿ ਸਾਡਾ ਪਹਿਲਾ ਤਜਰਬਾ ਸੀ, ਸਾਨੂੰ ਕਿਸੇ ਚੀਜ਼ ਦਾ ਪਤਾ ਨਹੀਂ ਸੀ, ਠੀਕ ਹੈ ਨਾ। ਹਾਂਜੀ, ਤੇ ਜਿੰਨਾ ਚਿਕਰ ਤਜਰਬਾ ਨਾ ਹੋਵੇ ਉਹਨਾਂ ਚਿਕਰ ਭਾਵੇਂ ਕੰਮ ਕਿੰਨਾ ਵੀ ਆਸਾਨ ਹੋਵੇ ਨਾ, ਲੇਕਿਨ ਉਹ ਬੰਦੇ ਨੂੰ ਨਾ ਮੁਸ਼ਕਲਾਂ ਤਾਂ ਆਉਂਦੀਆਂ ਨੇ, ਮੁਸ਼ਕਲਾਂ ਆਉਂਦੀਆਂ ਨੇ, ਲੇਕਿਨ ਹੌਲੀ ਹੌਲੀ ਜਿਵੇਂ ਤਜਰਬਾ ਹੁੰਦਾ ਹੈ ਨਾ, ਫਿਰ ਬੰਦੇ ਨੂੰ ਇਹ ਜਿਹੜੀ ਮੁਸ਼ਕਲ ਹੁੰਦੀ ਹੈ ਨਾ, ਜਿਹੜੀ ਜ਼ਿਹਨ ਤੋਂ ਉੱਤੇ ਸਵਾਰ ਹੁੰਦੀ ਹੈ, ਤੇ ਇਹਦੇ ਤੋਂ ਬੰਦਾ ਫਿਰ ਨਾ ਆਸਾਨੀ ਨਾਲ ਛੁਟਕਾਰਾ ਪਾ ਸਕਦਾ। ਬਿਲਕੁਲ ਸਹੀ ਹੋ ਗਿਆ। ਅੱਛਾ, ਉੱਥੇ ਕੰਡੇ ਵਾਲੇ ਵੀ ਬੈਠੇ ਹੁੰਦੇ ਨੇ ਜਾਂ ਕੰਡੇ ਵਾਲੇ ਤੋਂ ਪੈਸੇ ਲੈਂਦੇ ਨੇ ਜਾਂ ਫਿਰ ਉਸੇ ਤਰੀਕੇ ਮੁੱਠਾ ਹਿਸਾਬ ਕਿਤਾਬ ਤੋਂ ਲੈ ਕੇ ਮੰਡੀ ਤੋਂ, ਚਲੋ ਜੀ ਆਓ ਜੀ ਪੈਸੇ ਦਿਓ ਜੀ ਵੱਛਾ ਵੇਖੋ ਜੀ, ਜਾਂ ਕੋਈ ਫੜੀਏ ਬੈਠੇ ਹੁੰਦੇ ਨੇ ਕੋਈ ਹਿਸਾਬ ਕਿਤਾਬ ਲਾਉਣ ਵਾਲੇ, ਇਸ ਬਾਰੇ ਤੁਸੀਂ ਸਾਨੂੰ ਕੀ ਕਹੋਗੇ? ਭਾਜਨ ਪਤਾ ਕੀ ਗੱਲ ਹੈ ਕਿ ਇਹ ਕਈਆਂ ਦਾ ਕਾਰੋਬਾਰ ਹੁੰਦਾ ਹੈ, ਉਹ ਵਿੱਚ ਮੰਡੀਆਂ ਦੇ ਵਿੱਚ ਕਈ ਹੁੰਦੇ ਨੇ ਵਪਾਰੀ ਹੁੰਦੇ ਨੇ, ਉਹ ਕਮਿਸ਼ਨ ਦੇ ਹਿਸਾਬ ਤੇ, ਹਾਂ ਠੀਕ ਹੈ, ਕਮਿਸ਼ਨ ਦੇ ਹਿਸਾਬ ਲੈ ਲੈਂਦੇ ਨੇ, ਜਾਂ ਮਿਸਾਲ ਤੌਰ ਤੇ ਅਗਰ ਉਹ ਕਿਹੜਾ ਮਾਲਕ ਹੈ ਅਗਰ ਉਹ ਇਹਦਾ ਰਜ਼ਾਮੰਦ ਹੋ ਜਾਏ, ਹਾਂਜੀ, ਵੀ ਅਗਰ ਤੁਸੀਂ ਸਾਨੂੰ ਇਹ ਮਾਲ ਖਰੀਦਣਾ ਦੇ ਤਾ ਅਸੀਂ ਤੁਹਾਡੇ ਨਾਲ, ਉਹ ਕਮਿਸ਼ਨ ਵਾਲੇ ਵੀ ਉਹਨਾਂ ਨੇ ਵੀ ਰੋਜ਼ੀ ਕਮਾਉਣੀ ਹੁੰਦੀ, ਲੇਕਿਨ ਉਹਨਾਂ ਕਾਰੋਬਾਰ ਉਹਨਾਂ ਦਾ ਹੁੰਦਾ ਹੈ। ਹਾਂਜੀ, ਲੇਕਿਨ ਕੋਸ਼ਿਸ਼ ਇਹ ਹੀ ਕਰਨੀ ਹੁੰਦੀ ਕਿ ਜਿਸ ਵਕਤ ਬੰਦੇ ਦਾ ਪਹਿਲਾ ਤਜਰਬਾ ਹੋਵੇ ਨਾ, ਹਾਂਜੀ, ਤੇ ਬੰਦੇ ਨੂੰ ਕੋਸ਼ਿਸ਼ ਇਹ ਕਰਨੀ ਚਾਹੀਦੀ ਕਿ ਠੀਕ ਉਹਦੇ ਕੋਲ ਮਾਲੂਮਾਤ ਲੈ ਤੇ ਉਹ ਆਪਦੇ ਜਿਹੜੇ ਮਾਲੂਮਾਤ ਤੁਹਾਨੂੰ ਦੱਸੇ ਉਹਦੇ ਜ਼ਿਹਨ ਨਸ਼ੀਨ ਕਰਨੇ ਇਨਸਾਨ, ਹਾਂਜੀ, ਤੇ ਅਗਾਂਹ ਤੋਂ ਜਿਹੜੀ ਉਹ ਮੁਸ਼ਕਲ ਇਹ ਜਿਹੜੀ ਮੁਸ਼ਕਲਾਂ ਤੇ ਨਾ ਸਾਹਮਣੇ ਨਾ ਆਵੇ, ਤੇ ਮੁਸ਼ਕਲਾਂ ਸਾਹਮਣੇ ਨਾ, ਕਿਉਂਕਿ ਤਜਰਬਾ ਐਕਸਪੀਰੀਅੰਸ ਹੋ ਜਾਂਦਾ ਇਨਸਾਨ ਦਾ ਹੋ ਜਾਂਦਾ ਹੈ, ਤੇ ਬਾਅਦ ਵਕਤ ਫਿਰ ਬਾਅਦ ਵਕਤ ਇਹ ਹੁੰਦਾ ਹੈ ਕਿ ਜਿਸ ਵਕਤ ਜਿਹਨੂੰ ਅਸੀਂ ਪਹਿਲੇ ਲਗਾਏ ਹੋ ਸਕਦਾ ਕਿ ਉਹਦੇ ਕੋਲ ਟਾਈਮ ਨਾ ਹੋਵੇ, ਲੇਕਿਨ ਅਸੀਂ ਇਹ ਜਾਣਾ ਚਾਹੁੰਦੇ ਹਾਂ, ਸਾਨੂੰ ਦੇਰ ਹੋ ਗਈ ਬੱਚਾ ਖਰੀਦਣ ਦੀ, ਲੇਕਿਨ ਅਸੀਂ ਜਾਤੇ ਖੁਦ ਜਾਤੇ ਆਪਣਾ ਜਿਹੜਾ ਨਾ ਇਹ ਖਰੀਦੋ ਫਰੋਖਤ ਖਰਾਦੀ ਕਰ ਲਈ। ਅੱਛਾ, ਮੰਡੀਆਂ ਜਦੋਂ ਬੰਦਾ ਬੱਚੇ ਖਰੀਦਦਾ ਹੈ, ਹਾਂਜੀ, ਕਿਸੇ ਨੂੰ ਨਾਲ ਜਾਣਾ ਚਾਹੀਦਾ, ਇਹ ਗਲਤੀ ਕਰਨੀ ਚਾਹੀਦੀ ਜਾਂ ਖੁਦ ਪਰਚੇਜ਼ ਕਰੇ? ਮੈਂ ਇਹਦੇ ਬਾਰੇ ਤੁਹਾਨੂੰ ਭਾਈ ਜਾਨ ਇਹ ਕਹਿਣਾ ਚਾਹੁੰਦਾ ਕਿ ਹਰ ਇਨਸਾਨ ਇੱਕ ਜਿਹਾ ਐਸਾ ਨਹੀਂ ਹੁੰਦਾ, ਹਾਂਜੀ, ਕਈ ਇਨਸਾਨ ਬੜੇ ਮੁਖਲਸ ਹੁੰਦੇ ਨੇ, ਬਿਲਕੁਲ ਇਹ ਗੱਲ, ਬਹੁਤ ਜ਼ਿਆਦਾ ਮੁਖਲਸ ਹੁੰਦੇ ਨੇ, ਉਹ ਇਸ ਤਰ੍ਹਾਂ ਅਗਰ ਤੁਹਾਡਾ ਨੁਕਸਾਨ ਹੈ ਨਾ, ਤੇ ਉਹ ਤੁਹਾਡੇ ਨਾਲ ਜ਼ਿਆਦਾ ਆਪਦਾ ਨੁਕਸਾਨ ਫੀਲ ਮਹਿਸੂਸ ਕਰਦੇ ਨੇ, ਯਾਰ ਇਹ ਨਹੀਂ ਕਿ ਮੈਂ ਇਹ ਮੇਰਾ ਬੇਲੀ ਸੱਜਣ ਹੈ, ਮੇਰਾ ਭਰਾ ਹੈਗਾ ਜ਼ਿੰਦਗੀ ਦੇ ਵਿੱਚ, ਅਸੀਂ ਇੱਕ ਮਿਲਣਾ ਹੈ, ਸਾਡਾ ਕੰਮ ਕਰਨਾ, ਲੇਕਿਨ ਉਹ ਜਿਹੜਾ ਨਾ ਉਹ ਬੰਦਾ ਬਿਲਕੁਲ ਜ਼ਿਆਦਾ ਉਹ ਨਾਲ ਜਾਣਾ ਚਾਹੀਦਾ, ਲੇਕਿਨ ਜਿਹਦੇ ਬੰਦੇ ਦੇ ਆਪਦਾ ਦਿਲ ਮੁਤਮਿਨ ਨਾ ਹੋਵੇ ਉਹ ਬੰਦੇ ਨੂੰ ਕਿਤੇ ਨਹੀਂ ਲਿਜਾਣਾ ਚਾਹੀਦਾ, ਕਿਉਂਕਿ ਜਿਸ ਵਕਤ ਤੁਹਾਡਾ ਆਪਣਾ ਦਿਲ ਮੁਤਮਿਨ ਨਹੀਂ ਹੈਗਾ, ਹਾਂਜੀ ਹਾਂਜੀ ਬਿਲਕੁਲ, ਕਿਸ ਤਰ੍ਹਾਂ ਉਹਦੇ ਇਤਮਾਦ ਕਰ ਸਕਦੇ? ਹਾਂ, ਇਤਮਾਦ ਬੰਦਾ ਨਹੀਂ ਕਰ ਸਕਦਾ, ਨਹੀਂ ਕਰ ਸਕਦਾ ਜੀ। ਅੱਛਾ ਅੱਛਾ, ਗੱਲ ਸੋਹਣੀ ਤੁਸੀਂ ਕਰ ਰਹੇ ਜੇ, ਮੈਂ ਮੰਡੀਆਂ ਦੀ ਅਜੇ ਗੱਲ ਕਰ ਰਿਹਾ ਤੇ ਬਾਕੀ ਇਸ ਬਾਰੇ ਮੈਂ ਟੋਪਿਕ ਤੇ ਤੁਹਾਨੂੰ ਲਿਆ ਰਿਹਾ, ਮੈਂ ਬਾਕੀ ਖੁਰਾਕ ਦੇ ਮੁਤਾਲਕ ਬਾਅਦ ਗੱਲ ਕਰਾਂ, ਕਿਉਂ ਨਹੀਂ ਬਿਲਕੁਲ, ਕਿਉਂਕਿ ਲੋਕ ਮੰਡੀਆਂ 'ਚ ਜਾ ਤੇ ਬੜੇ
ਤੇ ਇਸ ਹਵਾਲੇ ਚ ਮੈਂ ਤੁਹਾਡੇ ਕੋਲ ਮਲੂਮਾਤ ਲੈਣੀ ਕਿਉਂਕਿ ਇਹ ਮੰਡੀ ਦੇ ਟੋਪਿਕ ਦੀ ਗੱਲ ਚੱਲ ਰਹੀ ਹੈ। ਅੱਛਾ, ਤੇ ਮੰਡੀ ਜਦੋਂ ਇਨਸਾਨ ਕੋਈ ਵਾਦੇ ਪਿੰਡ ਦਾ ਵਪਾਰੀ ਲਿਜਾਣਾ ਚਾਹੀਦਾ ਜਾਂ ਆਪਦੇ ਇਲਾਕੇ ਦਾ ਜਾਂ ਕਿਸੇ ਸ਼ਹਿਰ ਦਾ ਜਾਂ ਫਿਰ ਕੋਈ ਆਪ ਕੋਈ ਵਡੇਰਾ ਬੰਦਾ ਹੋਣਾ ਚਾਹੀਦਾ ਜਿਹੜਾ ਬੱਚੇ ਦੀ ਪਛਾਣ ਕਰੇ ਕਿ ਇਹ ਬੱਚਾ ਲੈਣ ਦੇ ਇਹ ਜਲਦੀ ਗਰੋਥ ਕਰੇਗਾ ਜਾਂ ਆਹ ਬੱਚਾ ਲਿਜਾ ਕੇ ਗਰੋਥ ਨਹੀਂ ਕਰੇਗਾ, ਉਹਦੇ ਬਾਰੇ ਤੁਸੀਂ ਕੀ ਕਹੋਗੇ? ਵੇਖਣਾ, ਮੈਂ ਪਹਿਲੇ ਵੀ ਤੁਹਾਨੂੰ ਪਤਾ ਦੱਸ ਚੁੱਕਿਆ ਹੈ ਕਿ ਅਗਰ ਜਿਹੜਾ ਇਨਸਾਨ ਮੁਖਲਿਸ ਹੈ ਨਾ, ਹਾਂਜੀ, ਜਿਹੜੇ ਇਨਸਾਨ ਮੁਖਲਿਸ ਨੇ ਉਹ ਜ਼ਿਆਦਾਤਰ ਕੋਸ਼ਿਸ਼ ਕਰਦਾ ਹੈ ਜੇ ਬੇਲੀ ਸੱਜਣ ਬਣਾਉਣ ਦਾ, ਵੀ ਮੇਰੇ ਤਰ੍ਹਾਂ ਜਿਸ ਤਰ੍ਹਾਂ ਮੈਂ ਮੁਖਲਿਸ ਹਾਂ ਲੋਕਾਂ ਨਾਲ ਰਹਿਣਾ, ਇਸ ਤਰ੍ਹਾਂ ਹੀ ਇਹ ਮੁਖਲਿਸ ਹੈ ਅਤੇ ਜਿਹੜੇ ਇਹਦੇ ਸਾਥੀ ਹੁੰਦੇ ਉਹ ਵੀ ਮੁਖਲਿਸ ਹੀ ਹੁੰਦੇ। ਅਗਰ ਸਾਨੂੰ ਇਹ ਨਹੀਂ ਨਾ ਦਗਾ ਦੇ ਸਕਦੇ, ਸਾਨੂੰ ਉਹ ਵੀ ਸਾਡੇ ਨਾਲ ਨਹੀਂ ਫਰੇਬ ਕਰ ਸਕਦੇ, ਜ਼ਿਆਦਾ ਉਸ ਬੰਦੇ ਦੇ ਸਾਡਾ ਇਤਮਾਦ ਹੈ ਅਤੇ ਇਨਸ਼ਾਅੱਲਾ ਜਿਹੜਾ ਬੰਦਾ ਮੁਖਲਿਸ ਹੈ ਨਾ ਉਹ ਆਪਦਾ ਬੇਲੀ ਸੱਜਣ ਵੀ ਮੁਖਲਿਸ ਹੀ ਚੁਣੇਦਾ। ਮੈਂ ਤਾਂ ਇਸ ਮੇਰਾ ਤਾਂ ਇਹ ਨਜ਼ਰੀਆ ਅਤੇ ਕਮ ਸਾਹ ਅਸੀਂ ਉਹਨੂੰ ਲਿਜਾਂਦੇ ਹਾਂ ਮੁਖਲਿਸ ਦੀ, ਜਿਸ ਵਕਤ ਅਸੀਂ ਸਾਰਾ ਕੁਛ ਉਹਦੇ 'ਤੇ ਛੱਡ ਦਿੰਦੇ ਹਾਂ ਵੀ ਭਾਈਜਾਨ ਅਸੀਂ ਇਸ ਬਾਰੇ ਕੁਛ ਨਹੀਂ ਜਾਣਦੇ, ਜਿਸ ਵਕਤ ਤੁਸੀਂ ਸਾਨੂੰ ਇੱਕ ਆਪਦੇ ਦੋਸਤ ਕੋਲ ਜਾ ਰਹੇ ਹੋ ਉਹਨੂੰ ਸਾਡੀ ਪਹਿਚਾਣ ਵੀ ਕਰਾਓ ਅਤੇ ਫਿਰ ਸਾਰਾ ਤਾਰਫ ਕਰਾਓ ਕਿਉਂਕਿ ਅਸੀਂ ਵੀ ਇਸ ਫੀਲਡ ਦੇ ਵਿੱਚ ਆਉਣ ਦੇ ਵਾਸਤੇ, ਅਸੀਂ ਵੀ ਸਾਡਾ ਵੀ ਜ਼ਿਹਨ ਹੈ ਅਤੇ ਸਾਨੂੰ ਵੀ ਕੋਈ ਨਾ ਤਜਰਬਾ ਹਾਸਲ ਹੋ ਜਾਏ ਅਤੇ ਆਉਣ ਇਹ ਜਿਹੜੀ ਮੁਖਲਿਸ ਹੈ। ਹਾਂ, ਤੁਹਾਡੇ ਨਾਲ ਅਸੀਂ ਇਨਸ਼ਾਅੱਲਾ ਇਹ ਜਿਹੜਾ ਤੁਹਾਡਾ ਰਵੱਈਆ ਹੁਣ ਸਾਡੇ ਨਾਲ ਹੈ, ਇਨਸ਼ਾਅੱਲਾ ਆਇੰਦਾ ਵੀ ਸਾਡਾ ਤੁਹਾਡਾ ਨੁਕਸਾਨਾ ਤੁਹਾਡੇ ਨਾਲ ਰਵੱਈਆ ਹੋਵੇਗਾ, ਕਿਸੇ ਕਿਸਮ ਦੀ ਸਾਡੇ ਪਾਸੇ ਤੁਹਾਨੂੰ ਨਾ ਮੁਸ਼ਕਲ ਨਾ ਆਵੇ। ਅਗਰ ਤੁਸੀਂ ਸਾਡੇ ਨਾਲ ਅੱਛੇ ਤਰੀਕੇ ਨਾਲ ਆਸਨ ਤਰੀਕੇ ਨਾਲ ਚਲੋਗੇ ਤਾਂ ਅਸੀਂ ਵੀ ਇਨਸ਼ਾਅੱਲਾ ਤੁਹਾਡੇ ਨਾਲ ਨਾ ਕਿਸੇ ਕਿਸਮ ਦਾ ਨਾ ਇਹ। ਅੱਛਾ, ਤੁਸੀਂ ਵੱਛੇ ਜੋ ਲੈ ਸਨ 34-35 ਹਜ਼ਾਰ, ਛੋਟੇ ਸੀ ਨਹੀਂ ਜਾਂ ਵੱਡੇ ਸਨ? ਵੇਖੋ ਜੀ, ਹੁਣ ਤਕਰੀਬਨ ਇਹਨਾਂ ਨੂੰ 2.5 ਮਹੀਨੇ ਹੋ ਗਏ ਨੇ। ਅੱਛਾ, ਉਸ ਲਈ ਛੋਟੇ ਸੀ। ਅੱਛਾ, ਗੱਲ ਤੁਹਾਡੀ ਮੈਂ ਕੱਟਣ ਲੱਗਿਆ, ਹਾਂਜੀ, ਛੋਟੇ ਵੱਛੇ ਲੈਣੇ ਚਾਹੀਦੇ ਨੇ ਜਾਂ ਵੱਡੇ? ਬਿਹਤਰੀਨ ਤਾਂ ਜੀ ਤਰੀਕਾਕਾਰ ਇਹ ਕਿ ਜਾਨਵਰ ਦੀ ਤੁਸੀਂ ਪਹਿਲੇ ਤਬੀਅਤ ਵੇਖੋ, ਜਾਨਵਰ ਨੂੰ ਤੁਸੀਂ ਵੇਖੋ ਆਇਆ ਕਿ ਇਹ ਗਰੋਥ ਇਹਦੀ ਜਿਹੜੀ ਪਹਿਲੇ ਪਰਵਰਿਸ਼ ਹੋ ਚੁੱਕੀ ਹੈ ਉਹ ਕਿਸ ਤਰੀਕੇ ਨਾਲ ਹੋਈ ਹੈ, ਆਇਆ ਕਿ ਇਹ ਅੱਛੇ ਤਰੀਕੇ ਨਾਲ ਗਰੋਥ ਕਰ ਰਿਹਾ ਹੈ ਜਾਂ ਚਿਚੜਾਪਣ ਤਾਂ ਨਹੀਂ ਹੈ। ਸਾਡਾ ਬਿਹਤਰ ਤਰੀਕਾ ਹੈ ਕਿ ਤੁਹਾਡੇ ਕੋਲ ਭਾਵੇਂ ਉਹ ਵੱਡਾ ਹੋਵੇ ਤਾਂ ਭਾਵੇਂ ਉਹ ਛੋਟਾ ਹੋਵੇ ਜੀ, ਸਾਡਾ ਬਿਹਤਰੀਨ ਤਰੀਕਾ ਇਹ ਕਿ ਜਿਸ ਵਕਤ ਤੁਸੀਂ ਉਸ ਜਾਨਵਰ ਨੂੰ ਵੇਖੋ ਦੇ ਨਾ ਤੁਹਾਡਾ ਦਿਲ ਮੁਤਮਿਨ ਹੈਗਾ ਹੈ ਕਿ ਇਨਸਾਨ ਐਡਾ ਕੋਈ ਨਹੀਂ ਹੈਗਾ ਵੀ ਜਿਹੜਾ ਨਾ ਵੇਖ ਸਕੇ। ਜਿਸ ਵਕਤ ਤਜਰਬਾ ਹੋ ਜਾਂਦਾ ਜਿਹੜਾ ਜਾਨਵਰ ਗਰੋਥ ਕਰਦਾ ਹੈ ਨਾ ਉਹ ਇਨਸ਼ਾਅੱਲਾ ਨਾ ਉਹ ਵੇਖਦੇ ਹੀ ਉਹਨੂੰ ਪਤਾ ਲੱਗ ਜਾਂਦਾ ਕਿ ਇਹ ਅੱਛਾ ਹੈ, ਇਹ ਸਾਡੇ ਇਹਨੂੰ ਫੀਲ ਲੱਗੇਦੀ, ਇਹ ਇਨਸ਼ਾਅੱਲਾ ਮੇਹ ਦੀ ਇੱਕ ਦਿਨਾਂ 'ਚ ਇਹ ਸਾਨੂੰ ਨਾ ਫਾਇਦਾ ਦੇਦਾ। ਅਤੇ ਜਿਹੜਾ ਇੱਕ ਮਿਸਾਲ ਤੋਂ ਹੋਵੇ ਭਾਵੇਂ ਜੀ ਬੜਾ ਵੱਡਾ, ਲੇਕਿਨ ਉਹ ਉਹਦੀ ਗਰੋਥ ਰੁਕ ਰੁਕ 'ਤੇ ਆਉਂਦੀ ਨਾ ਉਹ ਚੀਜ਼ ਨਹੀਂ, ਉਹ ਚੀਜ਼ ਜਿਹੜੀ ਨਾ ਉਹ ਜਿੱਥੇ ਮੇਰਾ ਖਿਆਲ ਹੈ ਦੂਜੇ 80% ਕਰਨ ਦੇ ਨਾ ਗਰੋਥ, ਮੇਰਾ ਖਿਆਲ ਹੈ ਕਿ ਬਸੇ ਮਾਰਤੇ ਜੀ ਇਹ ਜਾਂ 40 ਜਾਂ 50 ਅਤੇ ਬਸ ਇਹਦੂ ਵੱਧ ਨਹੀਂ ਉਹ ਕਰ ਸਕਦਾ ਕਿਉਂਕਿ ਪਹਿਲੀ ਹੈ ਜਿਹੜਾ ਨਾ ਉਹ ਇਸ ਕਾਬਲ ਹੀ ਨਹੀਂ ਗਾ ਰਹੀ ਕਿ ਕਸ ਕਾਬਲ ਹੁੰਦਾ ਤਾਂ ਉਹ ਇਹਦੂ ਜ਼ਿਆਦਾ ਗਰੋਥ ਕਰ। ਅੱਛਾ, ਸਹੀ ਗੱਲ ਹੋ ਗਈ। ਅੱਛਾ, ਹੁਣ ਤੁਸੀਂ ਨੈਕਸਟ ਕੁਸ਼ਚਨ, ਵੀਡੀਓ ਲੰਮੀ ਹੋ ਜਾਣੀ ਹੈ, ਇਸ ਵਾਸਤੇ ਮੈਂ ਅਗਲਾ ਸਵਾਲ ਅਗਲੀ ਵੀਡੀਓ 'ਚ, ਅਗਰ ਤੁਹਾਨੂੰ ਅਗਰ ਆਪਕੋ ਹਮਾਰੀ ਵੀਡੀਓ ਅੱਛੀ ਲੱਗੇ ਤਾਂ ਲਾਈਕ ਕਰੇ, ਕਮੈਂਟਸ ਕਰੇ। ਨੈਕਸਟ ਪਾਰਟ 2 ਆਗੇ ਵਾਲਾ ਆਉਣ ਵਾਲਾ ਹੈ, ਕਿਉਂਕਿ ਆਪ ਲੋਕ ਕਾਫੀ ਲੋਕਾਂ ਦੇ ਸਵਾਲਾਂ ਥੇ ਕਿ ਸਰ ਆਪ ਵੀਡੀਓ ਬਹੁਤ ਲੰਬੀ ਬਣਾਤੇ ਹੈ, ਇਸ ਲਈ ਪਾਰਟ 2 ਨੈਕਸਟ ਵੀਡੀਓ ਮੈਂ। ਅਗਰ ਵੀਡੀਓ ਅੱਛੀ ਲੱਗੇ ਤਾਂ ਲਾਈਕ ਕਰੇ, ਕਮੈਂਟਸ ਕਰੋ, ਮੇਰਾ ਸਾਰਾ ਪੇਜ ਹੈ ਉਸੇ ਵੀ ਫੋਲੋ ਕੀਜੀਏਗਾ। ਸੋ ਜਾਜੀ ਜੀ ਅਜੇਦਰ ਖਾਨ ਕੋ ਅਸਲਾਮ ਵਾਲੇਕੁਮ ਵਰਹਮਤੁਲਾਹ ਬਰਕਾਤੁਹ।